ਵਿੱਚ ਚੱਲ ਰਿਹਾ ਸੀ ਉਹ ਖੁਸ਼ੀਆਂ ਵਿੱਚ ਤਬਦੀਲ ਹੋ ਚੁੱਕਿਆ ਹੈ। ਇਹ ਕਿਵੇਂ ਹੋਇਆ ਇਹ ਤਾਂ ਆਪਾਂ ਫਿਲਮ ਵਿੱਚ ਹੀ ਦੇਖਾਂਗੇ, ਪਰ ਹੁਣ ਕਾਕੇ ਦੇ ਵਿਆਹ ਦੇ ਬਾਜੇ ਗਾਜੇ ਵੱਜ ਚੁੱਕੇ ਨੇ ਤੇ ਪਰਿਵਾਰ ਦੇ ਸਾਰੇ ਮੈਂਬਰ ਨੱਚ ਟੱਪ ਖੁਸ਼ੀਆਂ ਮਨਾ ਰਹੇ ਨੇ। ਆਓ ਵੇਖਦੇ ਹਾਂ ਫਿਲਮ ਦੀ ਲਾਈਵ ਸ਼ੂਟਿੰਗ ਦੇ ਉਹ ਦ੍ਰਿਸ਼ ਜਿਸ ਵਿੱਚ ਕਾਕੇ ਦੀ ਮੰਮੀ ਤੋਂ ਇਲਾਵਾ ਕਾਕੇ ਦੀ ਦਾਦੀ ਵੀ ਅੱਡੀਆਂ ਦੇ ਜ਼ੋਰ ਤੇ ਨੱਚਦੀ ਵਿਖਾਈ ਦੇ ਰਹੀ ਹੈ। ਇੱਕ ਗੱਲ ਹੋਰ ਦੱਸ ਦੇਵਾਂ ਕਿ ਕਾਕੇ ਦੀ ਮੰਮੀ ਦਾ ਰੋਲ ਨਿਭਾ ਰਹੀ ਪ੍ਰੀਤੀ ਸਪਰੂ ਲੰਮੇ ਆਪਸੇ ਤੋਂ ਬਾਅਦ ਇੱਕ ਵਾਰ ਫਿਰ ਫਿਲਮੀ ਪਰਦੇ ਤੇ ਦਿਖਾਈ ਦੇਵੇਗੀ। ਇਸ ਬਾਰੇ ਜਦ ਪ੍ਰੀਤੀ ਸਪਰੂ ਨਾਲ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਫਿਲਮ ਦੀ ਸਕ੍ਰਿਪਟ ਹੀ ਮੈਨੂੰ ਦੁਬਾਰਾ ਫਿਲਮੀ ਪਰਦੇ ਤੇ ਲੈ ਕੇ ਆ ਰਹੀ ਹੈ, ਕਿਉਂਕਿ ਇਸ ਫਿਲਮ ਦੀ ਕਹਾਣੀ ਪਰਿਵਾਰਕ ਹੋਣ ਦੇ ਨਾਲ ਨਾਲ ਹਰ ਤਰ੍ਹਾਂ ਦਾ ਮਸਾਲਾ ਭਰਪੂਰ ਹੈ। ਸਤਿ ਸ੍ਰੀ ਅਕਾਲ, ਨਮਸਕਾਰ ਔਰ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਪਿਆਰ। ਮੈਂ ਪ੍ਰੀਤੀ ਸਪਰੂ ਵਾਪਸ ਲੋਕੋ ਕੇ ਜਿਤਨੇ ਮੇਰੇ ਦਰਸ਼ਕ ਮੇਰੇ ਫੈਨਸ ਮੁਝੇ ਮਿਲਤੇ ਥੇ ਹਮੇਸ਼ਾ ਕਹਤੇ ਥੇ, ਮੀਡੀਆ ਵੀ ਹਮੇਸ਼ਾ ਕਹਤੀ ਥੀ ਕਿ ਪ੍ਰੀਤੀ ਜੀ ਆਪਕੋ ਸਕਰੀਨ ਪੇ ਦੇਖਣਾ ਚਾਹਤੇ ਹੈ, ਤੋ ਮੈਨੇ ਫਾਈਨਲੀ ਇਤਨੇ ਫਿਲਮੇ ਠੁਕਰਾਨੇ ਕੇ ਬਾਅਦ ਯੇ ਫਿਲਮ ਐਕਸੈਪਟ ਕੀ ਹੈ। ਔਰ ਯੇ ਫਿਲਮ ਇੱਕ ਕਾਮੇਡੀ ਫਿਲਮ ਹੈ, ਕਾਕੇ ਦਾ ਵਿਆਹ। ਇਸਕਾ ਬਹੁਤ ਅੱਛਾ ਵੋ ਹੈ ਸਬਜੈਕਟ, ਇਸਮੇ ਸਾਸ ਨੂੰ ਕੀ ਜੋ ਹੈ ਨੋਕ ਝੋਕ ਹੈ ਔਰ ਲਵ ਸਟੋਰੀ ਵੀ ਹੈ, ਸਭ ਕੁਛ ਹੈ। ਇਟਸ ਅ ਵੈਰੀ ਗੁੱਡ ਫੈਮਿਲੀ ਸਟੋਰੀ, ਤਿੰਨ ਜਨਰੇਸ਼ਨ ਕੀ ਕਹਾਣੀ ਹੈ। ਔਰ ਅਬ ਫਾਈਨਲ ਲੈਪਸ ਮੇ ਹੈ ਔਰ ਮੈਂ ਵਾਪਸ ਮੁੰਬਈ ਜਾ ਕੇ ਆਈ ਹੂੰ ਯੇ ਇਨਕੀ ਸ਼ੂਟਿੰਗ ਕੇ ਲੀ ਹੈ। ਔਰ ਹੋਪਫੁਲੀ ਮੇਰਾ ਕੱਲ ਕਾਮ ਇਸ ਫਿਲਮ ਮੇ ਖਤਮ ਹੋਗਾ ਔਰ ਯੇ ਲੋਕ ਥੋੜੇ ਹੀ ਦਿਨੋਂ ਮੇ ਯੇ ਫਿਲਮ ਕੋ ਕੰਪਲੀਟ ਕਰਕੇ ਪੋਸਟ ਪ੍ਰੋਡਕਸ਼ਨ ਕੇ ਲਈ ਜਾਏਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰਾਈਓ ਰਾਜ ਬੈਂਸ ਤੇ ਮੈਂ ਫਿਲਮ ਬਣਾ ਰਿਹਾ ਕਾਕੇ ਦਾ ਵਿਆਹ। ਇਸ ਸਾਲ ਰਿਲੀਜ਼ ਹੋ ਰਹੀ ਹੈ ਤੇ ਬੜੀ ਪਰਿਵਾਰਕ ਤੇ ਕਾਮੇਡੀ ਫਿਲਮ ਆ। ਇਹ ਚ ਪੂਰਾ ਪਰਿਵਾਰ ਨੇ ਕਾਮੇਡੀ ਡਰਾਮਾ ਤੇ ਹਰ ਤਰ੍ਹਾਂ ਦੇ ਇਮੋਸ਼ਨਸ ਮਿਲਣਗੇ। ਆਪਣੇ ਪਰਿਵਾਰ ਨੂੰ ਜ਼ਰੂਰ ਆ ਕੇ ਦੇਖਿਓ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਰਬੀ ਸਿੰਘਾ। ਸੋ ਫਿਲਮ ਬਣ ਰਹੀ ਹੈ ਕਾਕੇ ਦਾ ਵਿਆਹ, ਰੌਲਾ ਗੋਲਾ ਤੇ ਰੌਲਾ ਇਹਦਾ ਵਾਕਈ ਬਹੁਤ ਚਾਰੇ ਪਾਸੇ ਪੈ ਚੁੱਕਾ ਵੀ ਕਾਕੇ ਦਾ ਵਿਆਹ ਹੁੰਦਾ ਕਿੱਦਾਂ ਦਾ। ਤੇ ਬਾਕੀ ਮੈਂ ਜ਼ਿਆਦਾ ਐਕਸਾਈਟਡ ਇਸ ਕਰਕੇ ਹਾਂ ਕਿਉਂਕਿ ਬਹੁਤ ਹੀ ਚਰਚਿਤ, ਜਿਨ੍ਹਾਂ ਦੇ ਅਸੀਂ ਬਹੁਤ ਹੀ ਜ਼ਿਆਦਾ, ਮੈਂ ਮਤਲਬ ਕਿ ਬਿਗ ਫੈਨ ਹਾਂ ਪ੍ਰੀਤੀ ਸਪਰੂ ਜੀ ਦਾ। ਅਸੀਂ ਪੰਜ ਰੁਪਈਏ ਇਕੱਠੇ ਕਰਕੇ ਲੌਂਗ ਦਾ ਲਿਸ਼ਕਾਰਾ ਲਿਆਉਣੀ ਫਿਲਮ, ਫਿਰ ਯਾਰੀ ਜੱਟ ਦੀ, ਜਿੰਨੀਆਂ ਵੀ ਉਹਨਾਂ ਫਿਲਮਾਂ 'ਚ ਕੰਮ ਕੀਤਾ ਨਾ ਅਸੀਂ ਛੋਟੇ ਹੁੰਦੇ ਜਦੋਂ VCR ਲਿਆ ਕੇ ਦੇ ਦਿੰਦੇ ਸੀ, ਤੇ ਅੱਜ ਮੈਂ ਉਹਨਾਂ ਨਾਲ ਕੰਮ ਕਰ ਰਿਹਾ, ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ।